ਦੀ ਅਗਵਾਈ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ, ਕਈ ਮਾਮਲਿਆਂ 'ਤੇ ਕਾਂਗਰਸ ਦੇ ਖਿਲਾਫ਼ ਸੰਘਰਸ਼ ਵਿੱਢਣ ਦਾ ਕੀਤਾ ਐਲਾਨ। ਬਠਿੰਡਾ 'ਚ ਵਾਪਰਿਆ ਦਰਦਨਾਕ ਹਾਦਸਾ, ਲੈਂਟਰ ਡਿੱਗਣ ਦੇ ਨਾਲ 40 ਗਊਆਂ ਦੀ ਹੋਈ ਮੌਤ। ਫਤਿਹ ਤੋਂ ਬਾਅਦ ਹੁਣ ਗਾਵਾਂ ਨੂੰ ਬਚਾਉਣ ਭਗਤਾ ਭਾਈਕਾ ਪਹੁੰਚੇ ਡੇਰਾ ਪ੍ਰੇਮੀ। ਬਠਿੰਡਾ 'ਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪਾਣੀ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ। ਪੰਜਾਬ ਪੁਲਿਸ ਦੇ ਆਈ ਜੀ ਦਾ ਘਰ ਬਣਿਆ ਖਤਰਨਾਕ ਸਵੀਮਿੰਗ ਪੂਲ। ਬਠਿੰਡਾ ਦੇ ਸੈਸ਼ਨ ਜੱਜ ਦੀ ਕੋਠੀ 'ਚ ਭਰਿਆ 4 ਫੁੱਟ ਪਾਣੀ। ADGP ਟ੍ਰੈਫਿਕ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਟ੍ਰੈਫਿਕ ਪੁਲਿਸ ਬਿਨ ਵਜ੍ਹਾ ਨਹੀਂ ਰੋਕ ਸਕੇਗੀ ਵਾਹਨ। ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਸਹਿਮ ਦੇ ਮਾਹੌਲ 'ਚ ਪੰਜਾਬ ਦੇ ਲੋਕ। ਘੱਗਰ 'ਚ ਵਧੇ ਪਾਣੀ ਦੇ ਕਾਰਨ ਭਰੀ ਐ ਸਵਾਈ ਅਲੀ।